ਐਕਸੀਡੈਂਟ ਹੈਗਾ ਜੀ ਇੱਕ ਚੀਰਦੀ ਖੂਹ ਦੇ ਕੋਲ ਬੈਲੈਂਸ ਬੱਸ ਜਿਹੜਾ ਪਟਾ ਸੀਗਾ ਉਹ ਟੁੱਟ ਗਿਆ ਜਿਹਦੇ ਕਰਕੇ ਅਨਬੈਲੈਂਸ ਹੋਣ ਕਰਕੇ ਬੱਸ ਜਿਹੜੀ ਹੈਗੀ ਸਫੇਦੇ ਨਾਲ ਟਕਰਾਈ ਹੈਗੀ ਹਾਂਜੀ ਅਤੇ ਲਗਭਗ 10 ਤੋਂ 12 ਜਾਣੇ ਦੱਸ ਰਹੇ ਨੇ ਕਿ ਜਿਹੜੇ ਮਤਲਬ ਇੱਕ ਐਕਸੀਡੈਂਟ ਦੇ ਵਿੱਚ ਥੋੜ੍ਹੇ ਮਤਲਬ ਜਿਹਨਾਂ ਨੂੰ ਜ਼ਖਮੀ ਹੋਏ ਨੇ ਅਤੇ 5 ਜਿਹੜੇ ਜ਼ਖਮੀ ਲੋਕ ਨੇ ਉਹ ਸਿਵਲ ਮੁਕੇਰੀਆਂ 'ਚ ਲੈ ਕੇ ਆਉਂਦੇ ਨੇ ਬਾਕੀ ਲੋਕ ਨੇ ਜਿਹੜੇ ਉਹ ਹਾਜੀਪੁਰ CSC 'ਚ ਵਿੱਚ ਨੇ ਜਿਹਨਾਂ ਦਾ ਉੱਥੇ ਟ੍ਰੀਟਮੈਂਟ ਚੱਲ ਰਿਹਾ ਹਾਂਜੀ ਅਤੇ ਕੀ ਇਹਦੇ ਵਿੱਚ ਬੱਸਾਂ ਦੀ ਅਣਗਹਿਲੀ ਕਿਹਦੀ ਅਣਗਹਿਲੀ ਹੋਈ ਅਣਗਹਿਲੀ ਨਹੀਂ ਜੀ ਬੱਸ ਦਾ ਪਟਾ ਜਿਹੜਾ ਹੈ ਉਹ ਟੁੱਟ ਗਿਆ ਹੈ ਜੀ ਉਹਦੇ ਕਰਕੇ ਉਹ ਬੱਸ ਜਿਹੜੀ ਐਂਬੂਲੈਂਸ ਹੋ ਗਈ ਇਹ ਕੌਣ ਆ ਤੁਹਾਡੀ ਜਿਹੜੀ ਇਹ ਮੇਰੀ ਬੱਤੀ ਜੀ ਇਹ ਕਿੱਦਾਂ ਐਕਸੀਡੈਂਟ ਹੋਇਆ ਮਤਲਬ ਇਹ ਤਾਂ ਫੋਨ ਹੀ ਆਇਆ ਸਾਨੂੰ ਸਰ ਪਤਾ ਨਹੀਂ ਇਹਨਾਂ ਨੂੰ ਪਤਾ ਅੱਜ ਕੀ ਫੋਨ ਆਇਆ ਕੀ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਅੱਛਾ ਅੱਛਾ ਕੀ ਗੱਲ ਹੋਈ ਕਿ ਬੱਸ ਦਾ ਐਕਸੀਡੈਂਟ ਹੋਇਆ ਜੀ ਹਾਂਜੀ ਕਿੱਥੇ ਹੋਇਆ ਜੀ ਦੇ ਵਿੱਚ ਤੁਹਾਨੂੰ ਕਿਦਾਂ ਪਤਾ ਲੱਗਾ ਫੋਨ ਕੀਤਾ ਹੀ ਦੇਵਰ ਨੇ ਹਾਂਜੀ ਕੀ ਕਹਿੰਦੇ ਕਹਿੰਦੇ ਐਕਸੀਡੈਂਟ ਹੋ ਗਿਆ ਮੇਰੇ ਤੇ ਛੇਤੀ ਪਹੁੰਚੀ ਹਾਂ ਕਿੱਦਾਂ ਉਹਨਾਂ ਦੀ ਸਿਹਤ ਹਜੇ ਕੋਈ ਪਤਾ ਨਹੀਂ ਹੁਣ ਡਾਕਟਰ ਚੈੱਕ ਕਰਦੇ ਫੇਰ ਹੀ ਪਤਾ ਚੱਲਦਾ ਪੇਸ਼ੈਂਟ ਜਿਹੜੇ ਆ ਉਹ ਕੋਈ ਕਹਿ ਰਹੇ ਸੀਗੇ ਕਿ ਬੱਸ ਫਲਟੀ ਹੈ ਉੱਥੇ ਹਾਜੀਪੁਰੀ ਫਰਸਟ ਏਡ ਹੋ ਕੇ ਇੱਥੇ ਆਏ ਆ ਪੇਸ਼ੈਂਟ ਜਿਹੜੇ ਜ਼ਿਆਦਾ ਸੀਰੀਅਸ ਸੀ ਪੇਸ਼ੈਂਟ ਇੱਥੇ ਭੇਜ ਦਿੱਤੇ ਉਹਨਾਂ ਨੇ ਹਾਂ ਕਿੰਨੇ ਪੇਸ਼ੈਂਟ ਆਏ ਹੋ ਇਸ ਵੇਲੇ 4 ਪੇਸ਼ੈਂਟ ਆਏ ਆ ਸਾਡੇ ਕੋਲ ਇੱਕ ਜ਼ਿਆਦਾ ਸਿੱਕ ਹੈ ਉਹਨੂੰ ਇਹ ਰੈਫਰ ਕਰਨ ਦੇ ਅੱਛਾ ਇੱਕ ਪੇਸ਼ੈਂਟ ਜ਼ਿਆਦਾ ਸਿੱਕ ਰਤਨ ਕੌਰ ਹਾਂਜੀ ਹਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਇਹ 4 ਪੇਸ਼ੈਂਟ ਤਾਂ ਠੀਕ ਹੈ ਮਤਲਬ ਇੱਕ ਜਿਹੜਾ ਰੈਫਰ ਕਰਨ ਲੱਗੇ ਉਹ ਜ਼ਿਆਦਾ ਸੀਰੀਅਸ ਹੈ ਬਾਕੀ 3 ਤਾਂ ਠੀਕ ਹੈ ਇੱਥੇ ਰਹਿ ਰਹੇਗੇ ਇਹ ਜਿਹੜਾ ਐਕਸੀਡੈਂਟ ਹੈਗਾ ਜੀ ਇੱਕ ਚੀਰਦੀ ਖੂਹ ਦੇ ਕੋਲ ਬੈਲੈਂਸ ਬੱਸ ਜਿਹੜਾ ਪਟਾ ਸੀਗਾ ਉਹ ਟੁੱਟ ਗਿਆ ਜਿਹਦੇ ਕਰਕੇ ਅਨਬੈਲੈਂਸ ਹੋਣ ਕਰਕੇ ਬੱਸ ਜਿਹੜੀ ਹੈਗੀ ਸਫੇਦੇ ਨਾਲ ਟਕਰਾਈ ਹੈਗੀ ਹਾਂਜੀ ਅਤੇ ਲਗਭਗ 10 ਤੋਂ 12 ਜਾਣੇ ਦੱਸ ਰਹੇ ਨੇ ਕਿ ਜਿਹੜੇ ਮਤਲਬ ਇੱਕ ਐਕਸੀਡੈਂਟ ਦੇ ਵਿੱਚ ਥੋੜ੍ਹੇ ਮਤਲਬ ਜਿਹਨਾਂ ਨੂੰ ਜ਼ਖਮੀ ਹੋਏ ਨੇ ਅਤੇ 5 ਜਿਹੜੇ ਜ਼ਖਮੀ ਲੋਕ ਨੇ ਉਹ ਸਿਵਲ ਮੁਕੇਰੀਆਂ 'ਚ ਲੈ ਕੇ ਆਉਂਦੇ ਨੇ ਬਾਕੀ ਲੋਕ ਨੇ ਜਿਹੜੇ ਉਹ ਹਾਜੀਪੁਰ CSC 'ਚ ਵਿੱਚ ਨੇ ਜਿਹਨਾਂ ਦਾ ਉੱਥੇ ਟ੍ਰੀਟਮੈਂਟ ਚੱਲ ਰਿਹਾ ਹਾਂਜੀ ਅਤੇ ਕੀ ਇਹਦੇ ਵਿੱਚ ਬੱਸਾਂ ਦੀ ਅਣਗਹਿਲੀ ਕਿਹਦੀ ਅਣਗਹਿਲੀ ਹੋਈ ਅਣਗਹਿਲੀ ਨਹੀਂ ਜੀ ਬੱਸ ਦਾ ਪਟਾ ਜਿਹੜਾ ਹੈ ਉਹ ਟੁੱਟ ਗਿਆ ਹੈ ਜੀ ਉਹਦੇ ਕਰਕੇ ਉਹ ਬੱਸ ਜਿਹੜੀ ਐਂਬੂਲੈਂਸ ਹੋ ਗਈ ਇਹ ਕੌਣ ਆ ਤੁਹਾਡੀ ਜਿਹੜੀ ਇਹ ਮੇਰੀ ਬੱਤੀ ਜੀ ਇਹ ਕਿੱਦਾਂ ਐਕਸੀਡੈਂਟ ਹੋਇਆ ਮਤਲਬ ਇਹ ਤਾਂ ਫੋਨ ਹੀ ਆਇਆ ਸਾਨੂੰ ਸਰ ਪਤਾ ਨਹੀਂ ਇਹਨਾਂ ਨੂੰ ਪਤਾ ਹਾਂਜੀ ਕੀ ਫੋਨ ਆਇਆ ਕੀ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਅੱਛਾ ਅੱਛਾ ਕੀ ਗੱਲ ਹੋਈ ਕਿ ਬੱਸ ਦਾ ਐਕਸੀਡੈਂਟ ਹੋਇਆ ਜੀ ਹਾਂਜੀ ਕਿੱਥੇ ਹੋਇਆ ਜੀ ਦੇ ਵਿੱਚ ਤੁਹਾਨੂੰ ਕਿਦਾਂ ਪਤਾ ਲੱਗਾ ਫੋਨ ਕੀਤਾ ਹੀ ਦੇਵਰ ਨੇ ਹਾਂਜੀ ਕੀ ਕਹਿੰਦੇ ਕਹਿੰਦੇ ਐਕਸੀਡੈਂਟ ਹੋ ਗਿਆ ਮੇਰੇ ਤੇ ਛੇਤੀ ਪਹੁੰਚੀ ਹਾਂ ਕਿੱਦਾਂ ਉਹਨਾਂ ਦੀ ਸਿਹਤ ਹਜੇ ਕੋਈ ਪਤਾ ਨਹੀਂ ਹੁਣ ਡਾਕਟਰ ਚੈੱਕ ਕਰਦੇ ਫੇਰ ਹੀ ਪਤਾ ਚੱਲਦਾ ਪੇਸ਼ੈਂਟ ਜਿਹੜੇ ਆ ਉਹ ਕੋਈ ਕਹਿ ਰਹੇ ਸੀਗੇ ਕਿ ਬੱਸ ਫਲਟੀ ਹੈ ਉੱਥੇ ਹਾਜੀਪੁਰੀ ਫਰਸਟ ਏਡ ਹੋ ਕੇ ਇੱਥੇ ਆਏ ਆ ਪੇਸ਼ੈਂਟ ਜਿਹੜੇ ਜ਼ਿਆਦਾ ਸੀਰੀਅਸ ਸੀ ਪੇਸ਼ੈਂਟ ਇੱਥੇ ਭੇਜ ਦਿੱਤੇ ਉਹਨਾਂ ਨੇ ਹਾਂ ਕਿੰਨੇ ਪੇਸ਼ੈਂਟ ਆਏ ਹੋ ਇਸ ਵੇਲੇ 4 ਪੇਸ਼ੈਂਟ ਆਏ ਆ ਸਾਡੇ ਕੋਲ ਇੱਕ ਜ਼ਿਆਦਾ ਸਿੱਕ ਹੈ ਉਹਨੂੰ ਇਹ ਰੈਫਰ ਕਰਨ ਦੇ ਅੱਛਾ ਇੱਕ ਪੇਸ਼ੈਂਟ ਜ਼ਿਆਦਾ ਸਿੱਕ ਰਤਨ ਕੌਰ ਹਾਂਜੀ ਹਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਇਹ 4 ਪੇਸ਼ੈਂਟ ਤਾਂ ਠੀਕ ਹੈ ਮਤਲਬ ਇੱਕ ਜਿਹੜਾ ਰੈਫਰ ਕਰਨ ਲੱਗੇ ਉਹ ਜ਼ਿਆਦਾ ਸੀਰੀਅਸ ਹੈ ਬਾਕੀ 3 ਤਾਂ ਠੀਕ ਹੈ ਇੱਥੇ ਰਹਿ ਰਹੇ ਹੋਣਗੇ